ਅਕਸਰ ਸੋਸ਼ਲ ਮੀਡੀਆ ਉੱਤੇ ਦੁਨੀਆ ਦੀਆਂ ਵੱਖ ਵੱਖ ਹੈਰਾਨੀਜਨਕ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਆ, ਜਿਹਨੂੰ ਦੇਖ ਕੇ ਹਰ ਕੋਈ ਬੰਦਾ ਹੈਰਾਨ ਹੋ ਜਾਂਦਾ। ਇੱਕ ਨੌਜਵਾਨ ਦੀ ਹੁਣ ਤੁਹਾਨੂੰ ਕਹਾਣੀ ਦੱਸਣ ਜਾ ਰਹੇ ਹਾਂ, ਜਿਹਨੂੰ ਸੁਣ ਕੇ ਤੁਹਾਡੇ ਰੋਂਗਟੇ ਹੀ ਖੜ੍ਹੇ ਹੋ ਜਾਣਗੇ ਕਿ 610 ਕਿਲੋ ਇਸ ਨੌਜਵਾਨ ਦਾ ਵਜ਼ਨ ਸੀ, ਲੇਕਿਨ ਹੁਣ ਕੁਛ ਮਹੀਨਿਆਂ ਬਾਅਦ ਹੀ ਰਹਿ ਗਿਆ 63 ਕਿਲੋ। ਜੀ ਹਾਂ, ਭਾਰ ਘਟਾਉਣ ਵਿੱਚ ਬੇਮਿਸਾਲ ਕਹਾਣੀਆਂ ਤੁਸੀਂ ਸੁਣੀਆਂ ਹੋਗੀਆਂ, ਲੇਕਿਨ ਇਸ ਨੌਜਵਾਨ ਦੀ ਕਹਾਣੀ ਸੁਣ ਕੇ ਤੁਹਾਡੇ ਰੋਂਗਟੇ ਹੀ ਖੜ੍ਹੇ ਹੋ ਜਾਣਗੇ, ਜਿੰਨੇ 500 ਤੋਂ ਵੱਧ ਕਿਲੋ ਵਜ਼ਨ ਆਪਣਾ ਘਟਾ ਲਿਆ ਕਿ ਇੱਕ ਇਤਿਹਾਸਕ ਵਿੱਚ ਜਿਹੜਾ ਗਾਇਆ ਇਤਿਹਾਸ ਹੀ ਰਚ ਦਿੱਤਾ ਗਿਆ, ਜਿਹਨੂੰ ਦੇਖ ਕੇ ਸੁਣ ਕੇ ਹਰ ਕੋਈ ਬੰਦਾ ਸੋਚੀ ਪੈ ਗਿਆ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਇਸ ਨੌਜਵਾਨ ਵੱਲੋਂ ਕਿਵੇਂ ਐਡਾ ਵੱਡਾ ਭਾਰੀ ਸਰੀਰ ਪਤਲਾ ਕਰਕੇ ਦਿਖਾ ਦਿੱਤਾ। ਜੀ ਹਾਂ, ਰਿਹਾਦ ਦੇ ਸਭ ਤੋਂ ਵਧੀਆ ਹਸਪਤਾਲ ਵਿੱਚ ਇਲਾਜ ਦੁਨੀਆ ਦੇ ਸਭ ਤੋਂ ਭਾਰੇ ਆਦਮੀ ਖਾਲਿਦ ਬਿਨ ਮੋਹਸੇਨ ਸ਼ਰੀ ਨੂੰ ਆਪਣੀਆਂ ਸਾਰੀਆਂ ਛੋਟੀਆਂ ਛੋਟੀਆਂ ਲੋੜਾਂ ਲਈ ਪੂਰੀ ਤਰ੍ਹਾਂ ਦੋਸਤਾਂ ਦੇ ਪਰਿਵਾਰ ਦੇ ਨਿਰਭਰ ਰਹਿਣਾ ਪੈਂਦਾ ਸੀ, ਲੇਕਿਨ ਇਸ ਨੌਜਵਾਨ ਦੇ ਵਿੱਚ ਪਤਲੇ ਹੋਣ ਦਾ ਇਹੋ ਜਿਹਾ ਜਜ਼ਬਾ ਹੈਗਾ ਸੀ ਕਿ ਆਪਣੇ ਸਰੀਰ ਦਾ 500 ਕਿਲੋ ਵੇਟ ਇਸਨੇ ਜਿਹੜਾ ਘਟਾ ਲਿੱਤਾ ਆ, ਜਿਹਦੇ ਵਿੱਚ ਬਹੁਤ ਜ਼ਿਆਦਾ ਕਠਿਨਾਈ ਵੀ ਆਈ, ਲੇਕਿਨ ਡਾਕਟਰਾਂ ਵੱਲੋਂ ਇਹ ਨਾ ਹੈਰਾਨੀਜਨਕ ਕੰਮ ਕਰਕੇ ਦਿਖਾਇਆ ਉਹਨੂੰ ਦੇਖ ਕੇ, ਅਤੇ ਹਰ ਕੋਈ ਬੰਦਾ ਵਾਹ ਵਾਹ ਕਰਨ ਵਿੱਚ ਮਜਬੂਰ ਹੋ ਚੁੱਕਾ ਗਾ। ਤੁਹਾਨੂੰ ਦੱਸ ਦਈਏ ਕਿ ਇਸ ਇਲਾਜ ਦੌਰਾਨ ਫਿਜੀਓਥਰੈਪੀ ਵਿੱਚ ਮੋਹਸੇਨ ਦੀ ਸਹਾਇਤਾ ਲਈ ਵੀ ਇੱਕ ਵੱਡੀ ਕਸਟਮ ਮੇਟ ਵੀਲਚੇਅਰ ਬਣਾਈ ਗਈ ਹੈ। ਸਰਜਰੀ ਤੋਂ ਬਾਅਦ ਇਹ ਤਸਵੀਰ ਸਾਹਮਣੇ ਆਈ ਹੈ ਕਿ ਜਿਸ ਵਿੱਚ ਜੇਤੂ ਨਿਸ਼ਾਨ ਦਿਖਾ ਰਿਹਾ ਇਹ ਨੌਜਵਾਨ ਪੂਰੀ ਤਰ੍ਹਾਂ ਬਦਲਿਆ ਹੋਇਆ ਨਜ਼ਰ ਆ ਰਿਹਾ ਹੈਗਾ। ਕਿ ਦੂਜੀ ਤਸਵੀਰ ਤੁਸੀਂ ਦੇਖਦੇ ਪਏ ਜਿੱਥੇ ਕਿ ਤਕਰੀਬਨ ਉਹ 500-550 ਕਿਲੋ ਵਜ਼ਨੀ ਨੌਜਵਾਨ ਜੋ ਕਿ ਬੈੱਡ 'ਤੇ ਪਿਆ ਹੈਗਾ, ਕਿ ਜਿਹਨੂੰ ਦੇਖ ਕੇ ਤੁਹਾਨੂੰ ਇੰਝ ਹੀ ਲੱਗੇਗਾ ਕਿ ਇਹ ਉਹ ਨੌਜਵਾਨ ਹੈ ਹੀ ਨਹੀਂ ਹੈ ਜੋ ਕਿ ਹੁਣ ਤਕਰੀਬਨ 60-65 ਕਿਲੋ ਦਾ ਬਣ ਗਿਆ ਹੈ। ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ, ਜ਼ਰੂਰ ਆਪਣੇ ਕਮੈਂਟ ਕਰਕੇ